ਐਕਟਰ ਜਗਜੀਤ ਸੰਧੂ ਦੇ ਫੈਨਸ ਲਈ ਸਪੈਸ਼ਲ ਅਪਡੇਟ ਆਈ ਸਾਹਮਣੇ। ਜਗਜੀਤ ਸੰਧੂ ਦੀ ਆਉਣ ਵਾਲੀ ਫਿਲਮ ਓਏ ਭੋਲੇ ਓਏ ਦਾ ਪਹਿਲਾ ਗੀਤ ਜਲਦੀ ਹੀ ਹੋਵੇਗਾ ਰਿਲੀਜ਼। ਜੀ ਹਾਂ, ਹਾਲ ਹੀ ਦੇ ਵਿੱਚ ਜਗਜੀਤ ਸੰਧੂ ਦੇ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਅਪਡੇਟ ਸਾਂਝੀ ਕੀਤੀ ਗਈ ਹੈ ਕਿ ਜਲਦੀ ਹੀ ਜਗਜੀਤ ਸੰਧੂ ਦੀ ਫਿਲਮ ਓਏ ਭੋਲੇ ਓਏ ਦਾ ਪਹਿਲਾ ਗੀਤ ਰਿਲੀਜ਼ ਹੋਵੇਗਾ। ਇਸ ਪੋਸਟ ਨੂੰ ਜਗਜੀਤ ਸੰਧੂ ਤੇ ਗੀਤ MP3 ਦੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਕੋਲਾਬਰੇਸ਼ਨ ਦੇ ਵਿੱਚ ਸਾਂਝਾ ਕੀਤਾ ਗਿਆ। ਵੈਲ, ਇਸ ਗੀਤ ਦੇ ਪੋਸਟਰ ਦੇ ਵਿੱਚ ਅਸੀਂ ਜਗਜੀਤ ਸੰਧੂ ਨੂੰ ਦੇਖ ਸਕਦੇ ਹਾਂ। ਇਸ ਦੇ ਨਾਲ ਹੀ ਇਸ ਗੀਤ ਦੇ ਪੋਸਟਰ ਦੇ ਵਿੱਚ ਸਾਨੂੰ ਜਗਜੀਤ ਸੰਧੂ ਦੇ ਨਾਲ ਨਾਲ ਇਸ ਫਿਲਮ ਦੀ ਐਕਟਰੈਸ ਸੌਮਿਆ ਵੀ ਵੇਖਣ ਨੂੰ ਮਿਲ ਰਹੇ ਨੇ। ਵੈਲ, ਦੱਸ ਦਈਏ ਕਿ ਜਗਜੀਤ ਸੰਧੂ ਦੀ ਆਉਣ ਵਾਲੀ ਫਿਲਮ ਓਏ ਭੋਲੇ ਓਏ ਦੇ ਪਹਿਲੇ ਗੀਤ ਦਾ ਨਾਮ ਹੈ ਕੀ ਚਾਹੀਦਾ। ਸੋ ਕੀ ਚਾਹੀਦਾ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਕਰਨ ਰੰਧਾਵਾ ਐਂਡ ਗੁਰਲੇਜ਼ ਅਖਤਰ ਨੇ। ਯਾਨੀ ਕਿ ਕਰਨ ਰੰਧਾਵਾ ਤੇ ਗੁਰਲੇਜ਼ ਅਖਤਰ ਦਾ ਇਹ ਡੁਐਟ ਗੀਤ ਹੈ ਜੋ ਕਿ ਸਾਨੂੰ ਜਗਜੀਤ ਸੰਧੂ ਤੇ ਸੌਮਿਆ ਤੇ ਫਿਲਮਾਇਆ ਹੋਇਆ ਨਜ਼ਰ ਆਵੇਗਾ। ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗੀਤ ਨੇ ਤੇ ਦੱਸ ਦਈਏ ਕਿ ਲਿਰਿਕਸ ਤੇ ਕੰਪੋਜੀਸ਼ਨ ਦਾ ਕ੍ਰੈਡਿਟ ਜਾਂਦਾ ਹੈ ਕੰਗ ਸਦੀਕ ਨੂੰ। ਯਾਨੀ ਕਿ ਇਸ ਗੀਤ ਨੂੰ ਲਿਖਿਆ ਹੈ ਕੰਗ ਸਦੀਕ ਨੇ ਤੇ ਕੰਪੋਜੀਸ਼ਨ ਵੀ ਉਹਨਾਂ ਨੇ ਹੀ ਕੀਤੀ ਹੈ। ਓਏ ਭੋਲੇ ਓਏ ਫਿਲਮ ਦਾ ਇਹ ਪਹਿਲਾ ਗੀਤ ਹੈ ਜੋ ਕਿ ਜਲਦੀ ਹੀ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਪ੍ਰੈਜੈਂਟ ਕਰ ਰਹੇ ਨੇ ਗੀਤ MP3 ਐਂਡ ਜਗਜੀਤ ਸੰਧੂ ਫਿਲਮਸ, ਜੋ ਕਿ ਇਸ ਫਿਲਮ ਨੂੰ ਵੀ ਪ੍ਰੈਜੈਂਟ ਕਰ ਰਹੇ ਨੇ। ਇਹ ਗੀਤ 19 ਜਨਵਰੀ ਯਾਨੀ ਕਿ ਕੱਲ ਨੂੰ ਰਿਲੀਜ਼ ਹੋਣ ਵਾਲਾ ਹੈ। ਵੱਲ ਦੱਸ ਦਈਏ ਕਿ ਜਗਜੀਤ ਸੰਧੂ ਦੀ ਫਿਲਮ ਦੇ ਵਿੱਚ ਜਗਜੀਤ ਸੰਧੂ, ਇਰਵੀਨ ਮੀਤ ਕੌਰ, ਸੌਮਿਆ, ਪ੍ਰਦੀਪ ਚੀਮਾ, ਬਲਵਿੰਦਰ ਬੁਲੇਟ, ਰੁਪਿੰਦਰ ਰੂਪੀ, ਪ੍ਰਕਾਸ਼ ਗਾਦੂ, ਦਿਲਾਵਰ ਸੰਧੂ, ਬੇਅੰਤ ਸਿੰਘ ਬੁੱਟਰ, ਜਸ ਦਿਓਲ, ਕੁਮਾਰ ਅਜੇ ਤੇ ਜਤਿੰਦਰ ਰਾਮਗੜੀਆ ਵਰਗੇ ਕਈ ਸਾਰੇ ਆਰਟਿਸਟ ਨਜ਼ਰ ਆਉਣ ਵਾਲੇ ਨੇ। ਇਸ ਫਿਲਮ ਨੂੰ ਵਰਿੰਦਰ ਰਾਮਗੜੀਆ ਦੇ ਵੱਲੋਂ ਡਾਇਰੈਕਟ ਕੀਤਾ ਗਿਆ। ਤੇ ਜੇਕਰ ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤੇ ਇਸ ਫਿਲਮ ਦੀ ਕਹਾਣੀ ਨੂੰ ਗੁਰਪ੍ਰੀਤ ਭੁੱਲਰ ਦੇ ਵੱਲੋਂ ਲਿਖਿਆ ਗਿਆ। ਓਏ ਭੋਲੇ ਓਏ ਨੂੰ ਪ੍ਰੋਡਿਊਸ ਕੀਤਾ ਗਿਆ ਕੇਵੀ ਢਿੱਲੋਂ ਐਂਡ ਜਗਜੀਤ ਸੰਧੂ ਦੇ ਵੱਲੋਂ। ਯਾਨੀ ਕਿ ਗੀਤ MP3 ਐਂਡ ਜਗਜੀਤ ਸੰਧੂ ਫਿਲਮਸ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ ਫਿਲਮ ਓਏ ਭੋਲੇ ਓਏ। ਫਿਲਮ 16 ਫਰਵਰੀ 2024 ਯਾਨੀ ਕਿ ਅਗਲੇ ਮਹੀਨੇ 16 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਲਈ ਬਿਲਕੁਲ ਰੈਡੀ ਹੈ। ਕਿੰਨੇ ਐਕਸਾਈਟਿਡ ਹੋ ਇਸ ਫਿਲਮ ਨੂੰ ਵੇਖਣ ਲਈ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।